ਜੈ ਡੁੱਗਰ, ਜੈ ਜੰਮੂ। ਮੈਂ ਤੁਹਾਡਾ ਭਰਾ ਸੁਦਰਸ਼ਨ ਭਾਰਗਵ, ਤੁਸੀਂ ਦਿਖਾ ਦਿਓ SB ਕਠੂਆ ਨਿਊਜ਼। ਕੱਲ੍ਹ ਇੱਥੇ ਜਿਹੜੇ ਇੱਥੇ ਖੜੋਤੇ ਹਾਂ ਅਸ, ਇਹ ਹੈ ਰੇਲਵੇ ਸਟੇਸ਼ਨ ਕਠੂਆ। ਇਹ ਸਮਨ ਲਿਖੋ ਦਾ ਕਠੂਆ ਸਮੁੰਦਰ ਤਲ ਸੇ ਰੇਲ ਕੀ ਉੱਚਾਈ 393.080। ਠੀਕ ਹੈ, ਇਹ ਤੁਹਾਨੂੰ ਦੱਸੀ ਚਾਹ ਅੱਜ ਰੇਲਵੇ ਸਟੇਸ਼ਨ ਅਸੀਂ ਕੈਸੀ ਆਏ ਹਾਂ। ਕੱਲ੍ਹ ਇੱਕ ਬੜੀ ਘਟਨਾ ਹੁੰਦੀ ਹੁੰਦੀ ਬਚੀ ਹੈ, ਜਿਹਦੇ 'ਚ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ। ਜਿਵੇਂ ਕਿ ਤੁਸੀਂ ਪਤਾ ਹੈ, ਕੱਲ੍ਹ ਸਵੇਰੇ ਤੜਕੇ 7:10 ਪਰ ਇੱਕ ਮਾਲ ਗੱਡੀ ਹੈ ਜਿਹੜੀ ਲੋਡ ਵੀ ਕਠੂਆ ਦਾ ਹੁੰਦੀ ਹੈ, ਜੇ ਲੱਦੇ ਹਨ ਕੈਂਕਰਾ। ਜਿਵੇਂ ਮੈਂ ਆਪਣੇ ਸਹਿਯੋਗੀ ਲੱਗ ਕੇ ਹੁਣ ਦੱਸਣ ਤੁਹਾਨੂੰ ਕਿ ਉਹ ਗੱਡੀ ਕਿੱਥੋਂ ਭਰੋਈ ਸੀ, ਕਿੰਨੀਆਂ ਮੈਂ ਤੁਹਾਨੂੰ ਦੱਸਾਂ। ਜਿਵੇਂ ਮੇਰੇ ਪਿੱਛੇ ਦੇਖੋ, ਇੱਥੇ ਮਾਲ ਗੱਡੀ ਇੱਕ ਲੱਗੀ ਦੀ, ਇਹ ਅਨਲੋਡ ਹੋਆ ਦੀ ਹੈ, ਇਹ ਹੈ ਸੀਮੈਂਟ ਦੀ ਬਾਹਰੋਂ ਆਏ ਦੀ, ਇਹ ਅਨਲੋਡ ਹੋਆ ਦੀ ਇੱਥੋਂ। ਦੇਖਾ ਤਸਵੀਰਾਂ, ਇੱਥੇ ਸੀਮੈਂਟ ਦੀ ਗੱਡੀ ਦੀ ਹੈ, ਮਾਲ ਗੱਡੀ ਸੀ ਆਖਦੇ ਨੇ, ਇਹ ਅਨਲੋਡ ਹੋਆ ਦੀ। ਇੱਥੇ ਹੀ ਕੱਲ੍ਹ ਜਿਹੜੀ ਇੱਕ ਮਾਲ ਗੱਡੀ ਸੀ ਉਹ ਲੋਡ ਹੋਈ ਇੱਥੋਂ, ਜਿਹਦੇ 'ਚ ਕੈਂਕਰਾ ਹੁੰਦਾ ਨਹੀਂ, ਕੈਂਕਰਾ ਲੱਦੇ ਗਏ ਹਾਲ 'ਚ। ਉਹ ਹੀ ਗੱਡੀ ਜਿਹੜਾ ਕੈਂਕਰਾ ਲੱਦੇ ਹਾਂ, ਉਹ ਬਾਅਦ 'ਚ ਪਲੇਟਫਾਰਮ ਨੰਬਰ ਇੱਥੇ ਆਈ, ਪਲੇਟਫਾਰਮ ਪਰ ਆਈ ਜਿਹਦੇ 'ਚ ਤੁਹਾਨੂੰ ਦੱਸਿਆ ਉਹਦਾ ਟ੍ਰੇਨ ਦਾ ਜਿਹੜੇ ਡਰਾਈਵਰ ਆ ਉਹ ਉੱਥੇ ਚੇਂਜ ਹੋਣਾ ਹਾਂ, ਕਿਉਂਕਿ 24 ਘੰਟੇ ਡਰਾਈਵਰ ਜਾਂ 12 ਘੰਟੇ ਡਿਊਟੀ ਹੁੰਦੀ ਨਾ, ਉਸ ਹਿਸਾਬ ਨਾਲ ਡਰਾਈਵਰ ਉੱਥੇ ਚੇਂਜ ਹੋਣਾ ਹਾਂ। ਇੱਕ ਡਰਾਈਵਰ ਚੇਂਜ ਹੋਇਆ, ਦੂਜੇ ਨੇ ਚੜ੍ਹਨਾ ਹਾਂ, ਲੇਕਿਨ ਇਹ ਜਿਹੜਾ ਡਰਾਈਵਰ ਹੈ ਆਪੂ 'ਚ ਥੱਲੇ ਉਤਰੇ ਨਾ, ਅਤੇ ਇਹ ਆਪੂ 'ਚ ਗੱਲ ਹੀ ਕਰਾ ਦੇ, ਕੋਈ ਗਲਾ ਚਾਹ ਪੀਆ ਦੇ, ਕੋਈ ਕੁਛ ਲਾ ਦਾ, ਲੇਕਿਨ ਆਪੂ 'ਚ ਗੱਲਬਾਤ ਹੀ ਕਰਾ ਦੇ। ਲੇਕਿਨ ਉਹ ਗੱਲਬਾਤ ਕਰਦੇ ਕਰਦੇ ਟ੍ਰੇਨ ਜਿਹੜੀ ਰਿੜਨਾ ਸ਼ੁਰੂ ਹੋਈ ਹੈ, ਰਿੜਨਾ ਸ਼ੁਰੂ ਹੋਈ। ਤੁਸੀਂ ਲਾਉਣਾ ਕਿ ਰਿੜੀ ਢਲਾਣ ਹੈ ਜਗ੍ਹਾ ਜਿਹੜੀ ਰਿੜੀ ਇੱਥੋਂ, ਬਿਲਕੁਲ ਢਲਾਣ ਹੈ। ਇਹ ਅਸ ਖੜੋਤੇ ਨਹੀਂ ਲੈ, ਇਹ ਉੱਚਾਈ ਪਰ ਖੜੋਤੇ ਹਾਂ ਅਸ, ਪੰਜਾਬ ਇਹਦਾ ਨਿੱਠਾ ਆ। ਤੁਸੀਂ ਦੇਖਿਓ ਇੰਨਾ ਇੰਨਾ ਸਲੋਪ ਹੈ, ਜਿਹੜਾ ਇੱਥੋਂ ਗੱਡੀ ਰਿੜਨਾ ਸ਼ੁਰੂ ਹੁੰਦੀ ਨਾ ਤਾਂ ਸਿਆਣਪੁਰ ਤੱਕ ਬ੍ਰੇਕ ਲੱਗਦੀ ਹੈ ਉਹਦੀ, ਟ੍ਰੇਨ ਦੀ, ਖਾਸ ਕਰ ਟ੍ਰੇਨ ਦੀ, ਇਹ ਢਲਾਈ 'ਚ ਹੈ। ਜਿਵੇਂ ਤੁਸੀਂ ਦੇਖੀ ਲਈ ਹੈ ਉੱਪਰ ਲਿਖਿਆ ਦਾ ਵੀ ਹੈ, ਸਮੁੰਦਰ ਤਲ ਸੇ ਰੇਲ ਕੀ ਉੱਚਾਈ, ਦਿਖਾ ਰਹੇ ਹੋ ਸਰ, ਇੱਕ ਵਾਰ ਸਹਿਯੋਗੀ ਲੱਗਿਆ, ਇੱਕ ਵਾਰ ਪੂਰਾ ਦੱਸੇ, ਦੁਬਾਰਾ ਤੁਹਾਨੂੰ ਦੱਸੇ, ਸਮੁੰਦਰ ਤਲ ਸੇ ਰੇਲ ਕੀ ਉੱਚਾਈ 393.080। ਦੇਖੇ ਇਹ ਢਲਾਣ ਹੋਈ, ਲੇਕਿਨ ਜਿਹੜੇ ਇੱਥੇ ਲੇਬਰ ਵਾਲੇ ਜਿਹੜੇ ਕੰਮ ਕਰਾ ਰਹੇ, ਉਹਨਾਂ ਉਸੀ ਟ੍ਰੇਨ ਹੀ ਲੱਕੜੀ ਦੇ ਅੱਗੇ ਉਹ ਰੱਖੇ ਨੇ, ਕੋਲੇ ਰੱਖਾ ਦੇ ਅੱਗੇ ਕਿ ਰੁਕੀ ਹੈ ਟ੍ਰੇਨ, ਲੇਕਿਨ ਨਹੀਂ ਰੁਕੀ, ਟ੍ਰੇਨ ਨੇ ਸਪੀਡ ਪਕੜ ਲਈ ਹੈ, ਰੇਲ ਨੇ ਸਪੀਡ ਪਕੜ ਲਈ ਹੈ, ਉਹ ਸਪੀਡ ਪਕੜੀ ਹੈ, ਰੇਲ ਆ ਰਹੀ, ਇੱਥੋਂ ਨਿਕਲਣਾ ਸ਼ੁਰੂ ਹੋਈ ਜਿਹੜੀ ਪੰਜਾਬ ਤਰਫ ਚਲੀ ਗਈ। ਪੰਜਾਬ 'ਚ ਜੀਆਂ ਇੱਧਰ ਲੱਗੇ ਨਿਕਲਣਾ, ਰੇਲਵੇ ਵਿਭਾਗ ਦੇ ਜਿਹੜੇ ਕਰਮਚਾਰੀ ਹੈ ਇਹ ਬੜੇ ਹੁਸ਼ਿਆਰ ਹੁੰਦੇ ਨੇ ਔਰ ਚੁਕੰਨੇ ਹੁੰਦੇ ਨੇ, ਬਿਲਕੁਲ ਇੰਨੇ ਫੜ ਨਿਕਲਾ ਕੇ ਟ੍ਰੇਨ 'ਚੋਂ ਨਿਕਲੀ ਆ, ਇਹਨੇ ਸਾਰੇ ਰੇਲਵੇ ਫਾਟਕ, ਜਿਹੜੇ ਰੇਲਵੇ ਫਾਟਕ ਹੁੰਦੇ ਨਹੀਂ, ਜਿਹੜੇ ਰੇਲਵੇ ਫਾਟਕ ਹੁੰਦੇ ਗੇਟ ਬੰਦ ਕਰਨੇ ਪਾਉਂਦਾ ਕਿ ਕੋਈ ਗੱਡੀ ਨਹੀਂ ਅੱਗੇ ਵੀ ਨਹੀਂ ਆਇਆ, ਉਹ ਸਾਰੇ ਰੇਲਵੇ ਫਾਟਕ ਜਿੰਨੇ ਵੀ ਹੈਗਾ ਪੰਜਾਬ ਦੇ ਕੋਲ ਸਾਰੇ ਬੰਦ ਹੋਈਏ, ਉਹ ਟ੍ਰੇਨ ਜਾਂਦੀ ਗਈ ਅੱਗੇ। ਇਹ ਟ੍ਰੇਨ ਪੰਜਾਬ 'ਚ ਪਠਾਨਕੋਟ ਗਈ, ਚੱਕੀ ਗਈ, ਮੁਕੇਰੀਆਂ ਚਲੀ ਗਈ, ਔਰ ਉਹਦੇ ਬਾਅਦ 'ਚ ਉੱਚੀ ਬੱਸੀ ਜਿਹੜੀ ਉੱਥੇ ਆਏ, ਗੱਡੀ ਰੋਕੀ ਲਿਆ, ਕੰਟਰੋਲ ਕੀਤਾ ਗਿਆ, ਉਹ ਵੀ ਲੱਕੜੀ ਦੇ ਗੁਟਕੇ ਪਾਈ ਪਈ ਹੈ। ਆਓ ਤੁਹਾਨੂੰ ਅੱਜ ਗੱਲ ਸੁਣਾ ਚਾਹੇ ਕਿ ਇਹ ਤਾਂ ਬੜੀ ਵੱਡੀ ਹੋਣੀ ਹੀ ਜਿਹੜੀ ਬਚੀ ਹੈ ਰੱਬ ਦਿਆ ਕਰਨਾ, ਕਿ ਕੋਈ ਵੱਡੀ ਘਟਨਾ ਨਹੀਂ ਗੱਡੀ ਹੈ, ਕਿਉਂਕਿ ਗੱਡੀ ਵੀ ਹੋਏ ਕਿਹੜੀ ਸੀ, ਇਹ ਮਾਲ ਗੱਡੀ ਸੀ, ਮਾਲ ਗੱਡੀ 'ਚ ਇਹ ਇੱਕ ਕੈਂਕਰਾ ਲੱਦੇ ਦਾ ਹਾਂ, ਕੈਂਕਰਾ ਹੀ ਹਾਂ, ਕੁਝ ਜ਼ਿਆਦਾ ਨੁਕਸਾਨ ਨਹੀਂ ਹੋਇਆ। ਲੇਕਿਨ ਅਸਾਂ ਤਫਤੀਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਹੀ ਕੀ ਗੱਲ ਹੈ, ਅੱਜ ਜਿਵੇਂ ਇੱਥੇ ਪੁੱਜੇ ਹਾਂ ਅਤੇ ਅੱਜ ਵੀ ਦੇਖਿਆ
ਕਿ ਰੇਲਵੇ ਵਿਭਾਗ ਦੇ ਉੱਚ ਅਧਿਕਾਰੀ ਨੇ ਜਿਹੜੇ ਉਹਦੀ ਟੀਮ ਵੀ ਅੱਜ ਰੇਲਵੇ ਸਟੇਸ਼ਨ ਕਠੂਆ ਪੁੱਜੀ ਦੀ ਹੈ ਅਤੇ ਉਹਦੇ ਨਾਲ ਮੀਟਿੰਗ ਹੋ ਦੀ ਹੈ। ਹੁਣ ਅੱਗੇ ਕੀ ਕਾਰਵਾਈ ਹੁੰਦੀ ਹੈ ਉਹ ਤਾਂ ਬਾਅਦ ਤੁਹਾਨੂੰ ਦੱਸਗੇ, ਲੇਕਿਨ ਇਸ ਵੇਲੇ ਇੱਥੇ ਅਸ ਖੜੋਤੇ ਹੈ ਰੇਲਵੇ ਸਟੇਸ਼ਨ ਕਠੂਆ ਔਰ ਇੱਥੋਂ ਦੇ ਲੋਕਲ ਨਿਵਾਸੀ ਨੇ ਜਿਹੜੇ ਸ਼ਸ਼ੀ ਸ਼ਰਮਾ ਔਰ ਉਹਨੇ ਐਸਾ ਪਕੜ ਲਿਆ ਅਤੇ ਉਹਨੇ ਲੈ ਪੁੱਛਣਾ ਕਿ ਸ਼ਸ਼ੀ ਦੱਸੋ ਹਾਂ ਅੱਜ ਗੱਲ ਉਹ ਹੀ ਕੀ ਗੱਲ ਸੀ। ਸ਼ਸ਼ੀ ਤੁਹਾਡਾ ਸਭ ਤੋਂ ਪਹਿਲਾਂ ਐਸ ਬੀ ਕਠੂਆ ਸਵਾਗਤ ਹੈ ਅਤੇ ਤੁਸੀਂ ਇਹ ਗੱਲ ਦੱਸੋ ਕਿ ਸ਼ਸ਼ੀ ਜੀ ਤੁਸੀਂ ਲੋਕਲ ਰਹਿਣ ਵਾਲੇ ਹੋ, ਕਿਉਂਕਿ ਐਸਾ ਦੇ ਬਾਹਰੋਂ ਕਠੂਆ ਦਾ ਇੱਥੇ ਘਰ ਪੁੱਜਣਾ, ਤੁਸੀਂ ਲੋਕਲ ਇੱਥੇ ਰਹਿਣਾ, ਤੁਹਾਨੂੰ ਉਹਦੇ ਘੜੀ ਘੜੀ ਖਬਰ ਦਾ ਪਤਾ ਲੱਗ ਜਾਂਦਾ ਕੀ ਗੱਲ ਹੋਈ, ਸੱਚ ਸੁਣਾਓਗੇ ਗੱਲ ਉਹ ਹੀ ਦੀਗੀ ਸਹੀ ਵਾਲਾ। ਸਭ ਤੋਂ ਪਹਿਲਾਂ ਮੈਂ ਐਸ ਬੀ ਕਠੂਆ ਟੀਮ ਦਾ ਵੈਲਕਮ ਕਰਨਾ, ਸੁਦਰਸ਼ਨ ਮਾਗਰ ਜੀ, ਨਰੇਸ਼ ਜੀ। ਕੱਲ੍ਹ ਇੱਕ ਜਿੰਨਾ ਤੁਸੀਂ ਦੇਖਿਆ ਕਰਦੇ ਹੋ ਮੀਡੀਆ 'ਚ ਬੜਾ ਚੱਲੇ ਦਾ, ਕੱਲ੍ਹ ਦਾ ਵੀ ਬੜੀ ਵੱਡੀ ਇੱਕ ਘਟਨਾ ਜਿਹੜੀ ਹੋਈ, ਉਹ ਘਟਨਾ ਜਿਹੜੀ ਉਹ ਦੁਰਘਟਨਾ ਬਣ ਸਕਦੀ ਸੀ, ਲੇਕਿਨ ਭਗਵਾਨ ਨੇ ਹੱਥ ਰੱਖਿਆ ਸੀ, ਮਤਲਬ ਰਕਸ਼ਾ ਕੀਤੀ ਸਾਰੇ ਦੀ, ਕਿ ਮਾਲ ਗੱਡੀ ਜਿਹੜੀ ਇੱਥੇ ਅਨਲੋਡਿੰਗ ਹੁੰਦੀਆਂ ਇੱਥੇ, ਕਿਉਂਕਿ ਇੱਥੇ ਕੰਕਰਾ ਵਗੈਰਾ ਜਾਂਦਾ, ਇੱਥੋਂ ਅਨਲੋਡਿੰਗ ਅਨਲੋਡਿੰਗ ਅਦਰ ਸਟੇਟ ਦੇ ਵਿੱਚ ਪੱਥਰ ਉੱਥਰ ਹੁੰਦੇ ਨੇ, ਇੱਥੇ ਟੁੱਟਦੇ ਨੇ। ਉਹਦੇ ਵਿੱਚ ਕੀ ਹੋਇਆ ਕਿ ਕੱਲ੍ਹ ਇੱਕ ਜਿਹੜੀ ਲੱਗੇ ਦੀ ਸੀ ਇੱਕ ਗੁੜਸ ਟ੍ਰੇਨ ਸੀ ਜਿਹਦੇ 'ਚ ਕੰਕਰਾ ਲੋਡ ਹੁੰਦਾ, ਉਹ ਜਾਇਆ ਕਰਦੀ ਸੀ ਪੰਜਾਬ 'ਚ, ਲੇਕਿਨ ਉਹ ਡਰਾਈਵਰ ਚੇਂਜ ਹੁੰਦਾ ਇੱਥੇ, ਅਤੇ ਉਹ ਡਰਾਈਵਰ ਚੇਂਜ ਹੋਣ ਦੀ ਵਜ੍ਹਾ ਕਰਕੇ ਹੋਇਆ ਕਿ ਡਰਾਈਵਰ ਥੱਲੇ ਉਤਰਿਆ, ਉਹਦੀ ਵਜ੍ਹਾ ਨਾਲ ਮਤਲਬ ਜਾਂ ਬ੍ਰੇਕ ਨਹੀਂ ਲੱਗੀ ਜਾਂ ਬ੍ਰੇਕ ਲਾਈ ਦੀ ਤਾਂ ਗੱਡੀ ਰਿੜੀ, ਕਿਉਂਕਿ ਉਹ ਟਲਾਈ ਇਸ ਜਗ੍ਹਾ ਜਿਹੜੀ ਉਚਾਈ ਦੇ ਵਿੱਚ ਹੈ, ਸਮੁੰਦਰ ਤਲਕੋ ਦਾ ਜਿਹੜੀ ਉਚਾਈ 393 ਸਮਥਿੰਗ ਹੈ, ਅਤੇ ਜਿਹੜੀ ਇਹਦੇ ਕੋਲ ਡੋਰ ਨਹੀਂ ਹੈ, ਬਾਕੀ ਪੰਜਾਬ ਹਿੰਦੁਸਤਾਨ ਬਾਕੀ ਡੋਰ ਨਹੀਂ ਹੈ, ਜਿਹਦੀ ਵਜ੍ਹਾ ਨਾਲ ਉਹ ਜਿਹੜੀ ਗੱਡੀ ਜਿਹੜੀ ਟਲਾਈ ਦੇ ਵਿੱਚ ਚਲਦੀ ਗਈ ਸਪੀਡ ਪਕੜ ਲਈ, ਫਿਰ ਤੁਰੰਤ ਜਿਹੜਾ ਐਕਸ਼ਨ ਕਰਦੇ ਹੋਏ ਸਟੇਸ਼ਨ ਮਾਸਟਰ ਨੇ ਮਤਲਬ ਕੰਟਰੋਲ ਕੀ ਮੈਸੇਜ ਦਿੱਤਾ, ਉਹਦੇ ਬਾਅਦ ਸਾਰੇ ਅੱਗੇ ਅਲਰਟ ਹੋਈਏ ਹੁੰਦੇ ਗਏ, ਕੋਸ਼ਿਸ਼ਾਂ ਕਰਦੇ ਗਏ ਵੀ ਰਸਤੇ 'ਚ ਕੁਤਾ ਰੁਕੀਆ, ਲੇਕਿਨ ਉਹ ਕਰਦੇ ਕਰਦੇ ਉਹ ਗੱਡੀ ਜਿਹੜੀ ਜਲੰਧਰ ਦੇ ਲਾਗੇ ਤੱਕ ਪੁੱਜੀ ਹੀ ਰਹੀ, ਉੱਥੇ ਉਹਨੇ ਜਿਹੜਾ ਵੀ ਜਿਹੜਾ ਇਹਦਾ ਸਿਸਟਮ ਹੁੰਦਾ ਜਿਹੜਾ ਰੈਸਕਿਊ ਮਤਲਬ ਹੁੰਦਾ ਇਹਦਾ ਰੇਲਵੇ ਟੀਮ ਕੋਲ, ਉਹਨੇ ਇੱਕਦਮ ਐਕਸ਼ਨ ਲਈ ਹੈ, ਉਸ ਵੀ ਗੱਡੀ ਗਈ ਰੋਕਣ ਦੇ ਪ੍ਰਯਾਸ ਕੀਤੇ ਔਰ ਗੱਡੀ ਰੁਕੀ, ਅਤੇ ਬੜੀ ਵੱਡੀ ਇੱਕ ਦੁਰਘਟਨਾ ਸੀ। ਮੈਂ ਆਖਣਾ ਇੱਕ ਚੂਕ ਵੀ ਹੋਈ ਸਕਦੀ ਹੈ, ਇਨਕੁਆਇਰੀ ਹੋਊ, ਉਹਦੇ 'ਚ ਪਤਾ ਲੱਗਣਾ, ਅਸੀਂ ਤਾਂ ਇਹਦੇ ਬਾਰੇ ਕੁਛ ਆਖ ਹੀ ਨਹੀਂ ਸਕਦੇ ਹਾਂ, ਲੇਕਿਨ ਜਿਹੜੀ ਚੂਕ ਹੋਈ ਹੈ ਇਹ ਮਤਲਬ ਕਦੇ ਟੈਕਨੀਕਲ ਵੀ ਹੋ ਸਕਦਾ, ਕੁਛ ਵੀ ਹੋ ਸਕਦਾ, ਅਸੀਂ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ, ਬਟ ਇਹ ਹੈ ਕਿ ਮਤਲਬ ਤਾਂ ਵੀ ਮਤਲਬ ਸਮੇਂ ਰਹਿੰਦੇ ਰੇਲਵੇ ਦੇ ਜਿਹੜੇ ਕਦੇ ਮਤਲਬ ਕਿ ਕਰਮਚਾਰੀ ਹੈ, ਉਹਨੇ ਬੜੀ ਤਤਪਰਤਾ ਦਿਖਾਈ, ਬੜਾ ਹੁਸ਼ਿਆਰੀ ਕਰਨਾ ਕੰਮ, ਉਹ ਬੜੀ ਸੂਝਬੂਝ ਕਰਨਾ ਕੰਮ ਕਰਦੇ ਹੋਈ, ਇੱਥੋਂ ਗੱਡੀ 80 ਕਿਲੋਮੀਟਰ ਤੱਕ ਗਈ, ਵਿੱਚ ਕੋਈ ਐਸਾ ਕੋਈ ਇੰਸੀਡੈਂਟ ਨਹੀਂ ਹੋਇਆ, ਜਾਨ ਮਾਲ ਦੀ ਕੋਈ ਨੁਕਸਾਨ ਨਹੀਂ ਹੋਇਆ। ਅਤੇ ਇੱਕ ਵੱਡੀ ਗੱਲ ਇਹ ਕਿ ਅਸੀਂ ਜ਼ਿਲ੍ਹੇ ਕੁਤੇ ਅੱਗੇ ਪਿੱਛੇ ਪਠਾਨਕੋਟ ਸੁਜਾਨਪੁਰ ਟੱਪਣੇ ਹਾਂ ਜਾਂ ਇੱਧਰ ਉੱਪਰ ਹੱਡਲੀ ਮੋੜ ਵੱਲ ਜਾਂਦੇ ਹਾਂ, ਚਲੋ ਉੱਥੇ ਅੰਡਰਗਰਾਊਂਡ ਪਾਸ ਬਣੀ ਦੇ ਨਾ, ਕਈ ਜਗ੍ਹਾ ਐਸਾ ਫਾਟਕ ਵੀ ਲੱਗੇ ਦਾ ਨਹੀਂ, ਲਖਣਪੁਰ ਜੀ ਫਾਟਕ ਲੱਗੇ ਦਾ, ਬਾਈ ਦੀ ਵੀ ਅਗਰ ਫਾਟਕ ਖੁੱਲ੍ਹਾ ਹੋਵੇ ਤਾਂ ਬੜਾ ਵੱਡਾ ਹਾਸਾ ਵੀ ਹੋ ਸਕਦਾ ਨਾ ਜਿਹਦੇ। ਨਹੀਂ ਸੁਦਰਸ਼ਨ ਜੀ, ਐਸਾ ਹੁੰਦਾ ਹੈ ਕਿ ਜਿਹੜਾ ਕੋਈ ਵੀ ਇਗਲੀ ਦੁਰਘਟਨਾ ਜਾਂ ਮਤਲਬ ਘਟਨਾ ਹੋਈ ਜਾਂਦੀ ਹੈ ਤਾਂ ਰੇਲਵੇ ਜਿਹੜਾ ਵਿਭਾਗ ਹੁੰਦਾ ਸਤਰਕ ਹੋ ਜਾਂਦਾ ਹੈ, ਔਰ ਸਭ ਤੋਂ ਪਹਿਲਾਂ ਇਹ ਹੁੰਦਾ ਹੈ ਕਿ ਕੋਈ ਨੁਕਸਾਨ ਨਹੀਂ ਹੋਇਆ, ਅਤੇ ਜਿਸਲੇ ਜਿੰਨਾ ਕੰਟਰੋਲ ਕੋਲ ਆ ਕੇ ਕੋਈ ਰੇਲਾਂ ਜਿੰਨੀਆਂ ਵੀ ਚੱਲਦੀਆਂ ਨਾ, ਜਿਹੜੀ ਮਾਲ ਗੱਡੀ ਗੁੜਸ ਟ੍ਰੇਨ ਟ੍ਰੇਨਸ ਜਿੰਨੀਆਂ ਵੀ ਚੱਲਦੀਆਂ ਸਾਰੀਆਂ ਕੰਟਰੋਲ ਸੀ ਓਪਰੇਟ ਕਰਦਾ ਹੈ, ਕਿੱਥੋਂ ਕਿਹੜੀ ਟ੍ਰੇਨ ਹੈ ਕਿਹੜੇ ਸਟੇਸ਼ਨ ਦੇ ਵਿੱਚ ਜਾਇਆ ਕਰਦੀ ਸਾਰਾ ਪਤਾ ਹੁੰਦਾ ਉਹਨੇਗੀ, ਔਰ ਅੱਜ ਤਾਂ ਡਿਜੀਟਲਾਈਜੇਸ਼ਨ ਹੋ ਜਾਂਦਾ, ਅੱਜ ਤਾਂ ਕੰਪਿਊਟਰ ਸਿਸਟਮ ਹੈ, ਉਹਦੇ ਕੰਨਾਂ 'ਤੇ ਸਾਰਾ ਪਤਾ ਲੱਗਿੰਦਾ ਇੱਕ ਇੱਕ ਫੋਟੋ ਪਰ ਟ੍ਰੇਨ ਜਾਇਆ ਕਰਦੀ ਹੈ, ਇੰਨਾ ਇਹ ਸਾਰੇ ਕੋਲ ਪਹਿਲੇ ਹੁੰਦਾ ਹੁੰਦਾ ਹੈ ਕਿ ਨੁਕਸਾਨ ਨਹੀਂ ਹੋਇਆ, ਜਿੰਨਾ ਉਹਨੇ ਪਤਾ ਲੱਗਿਆ ਇਮੀਜੀਏਟਲੀ ਉਹਨੇ ਫਾਟਕੂਟ ਕੇ ਅਲਰਟ ਕਰੀ ਅਤੇ ਸਾਰੇ ਰੇਲਵੇ ਸਟੇਸ਼ਨ ਅਧਿਕਾਰੀ ਸਭ ਅਲਰਟ ਕਰੀ ਅਤੇ ਕਿ ਕੋਈ ਨੁਕਸਾਨ ਨਹੀਂ ਹੋਇਆ, ਔਰ ਵਾਕਈ ਉਹਨੇ ਇੰਨੀ ਤਤਪਰਤਾ ਦਿਖਾਈ ਹੈ ਕਿ ਇੰਨੀ ਹੁਸ਼ਿਆਰੀ ਕਰਨ ਦਿਖਾਈ ਹੈ ਕਿ ਕੋਈ ਵੀ ਫਾਟਕ ਸਾਰਾ ਬੰਦ ਕਰੀ ਅਤੇ ਉਹਦੇ ਬਾਅਦ ਜਿੰਨੀਆਂ ਟ੍ਰੇਨਾਂ ਗੁਜ਼ਰਦੀਆਂ ਫਾਟਕ ਬੰਦ ਹੁੰਦੇ, ਜਿਹੜੇ ਨੋਮੈਂਟਸ ਜਿਹਦੇ 'ਚ ਕੋਈ ਉਹ ਨਹੀਂ ਹੁੰਦਾ ਉਹ ਸਿੱਧੀ ਜਾਈਏ ਜਿਹੜੀ ਗੱਡੀ ਹੈ, ਉਹਨੇ ਸਾਰੇ ਸਟੇਸ਼ਨ ਪਰ ਪ੍ਰਯਾਸ ਕੀਤੇ ਔਰ ਜਿੰਨਾ ਹੀ ਉਹ ਮਤਲਬ ਗੱਡੀ ਜਲੰਧਰ ਦੇ ਲਾਗੇ ਪੁੱਜੀ ਹੈ ਤਾਂ ਗੱਡੀ ਕੀ ਜਿਹੜੇ ਉਹਦੇ ਜਿਹੜੇ ਉਹਦੇ ਤਰੀਕੇ ਹੁੰਦੇ ਨੇ ਰੋਕਣੇ ਦੇ, ਕਿਉਂਕਿ ਹਰ ਚੀਜ਼ ਹੁੰਦੀ ਹੈ ਇਹ ਨਹੀਂ ਪਤਾ ਹੁੰਦਾ ਨੈਗੇਟਿਵ ਪੋਜ਼ੀਟਿਵ, ਕਿਉਂਕਿ ਸਾਰੀ
ਨਹੀਂ ਹੈ, ਦੋਨੇ ਚੀਜ਼ਾਂ ਚੱਲਦੀਆਂ। ਇਹ ਟ੍ਰੇਨਾਂ ਨੇ, ਰੇਲ ਗੱਡੀ ਉਹ ਬੱਸਾਂ 'ਚ ਹੋਣੀ, ਐਕਸੀਡੈਂਟ ਹੋਣੇ ਦੀ ਸੰਭਾਵਨਾ ਤਾਂ ਹੁੰਦੀ ਹੁੰਦੀ ਹੈ, ਲੇਕਿਨ ਇਹਨੇ ਪਹਿਲਾਂ ਵੀ ਉਹਦੀ ਟ੍ਰੇਨਿੰਗ ਕੀਤੀ ਹੁੰਦੀ ਵੀ ਗੱਡੀ ਅਗਰ ਇਸ ਤਰ੍ਹਾਂ ਹੋਈ ਆ ਤਾਂ ਉਸੇ ਰੋਕਣੇ ਦਾ ਕੋਈ ਉਪਾਅ ਨਹੀਂ, ਤਾਂ ਉਸੇ ਰੋਕ ਲਿੱਤਾ ਗਿਆ। ਬੜੀ ਵੱਡੀ ਇੱਕ ਮਤਲਬ ਇੱਕ ਉਹ ਵੀ ਆ ਗਿਆ ਸੀ ਕਿ ਬੜੀ ਸਤਰਕਤਾ ਦਿਖਾਈ ਡਿਪਾਰਟਮੈਂਟ ਰੇਲਵੇ ਕਰਮਚਾਰੀਆਂ ਨੇ, ਇੱਕ ਬੜੀ ਵੱਡੀ ਦੁਰਘਟਨਾ ਜਿਹੜੀ ਬੜੀ ਮਾਨਵੀ ਦੁਰਘਟਨਾ ਹੋਣੀ ਉਹ ਹੀ ਸਕਦੀ ਸੀ, ਕੁਛ ਵੀ ਹੋ ਸਕਦਾ, ਉਹ ਬਚਾਈ ਲਿੱਤੀ ਗਈ, ਇਹ ਬੜੀ ਵੱਡੀ ਗੱਲ ਹੈ। ਇੱਕ ਰੇਲਵੇ ਤਾਂ ਬੜੀ ਅੱਛੀ ਗੱਲ ਹੈ, ਰੇਲ ਵਾਲਾ ਚੂਕ ਵੀ ਹੁੰਦੀ ਨਾ ਉਹਦੇ ਕੋਲ ਡਰਾਈਵਰ ਨੇ ਕਿਹਾ, ਕੱਲ੍ਹ ਡੀ ਟੀ ਐਮ ਜੀਆਂ ਇੱਥੇ ਪੁੱਜੇ ਦੇ ਅਤੇ ਉਹਦੇ ਆਪਣੇ ਵਰਕਰਾਂ ਨਾਲ ਮੀਟਿੰਗ ਕਰਾ ਦੇ, ਮੈਨੂੰ ਲੱਗਦਾ ਅੱਜ ਵੀ ਜਿਹੜਾ ਆਏ ਹਾਂ ਤਾਂ ਹੁਣ ਵੀ ਦਿੱਲੀ ਦੇ ਜਿਹੜਾ ਟੀਮ ਆਈ ਦੀ ਹੈ ਉਹ ਮੀਟਿੰਗ ਲੈ ਦੀ ਹੈ, ਅਤੇ ਹੁਣ ਕੀ ਗਲਾਨੇ ਕੀ ਕਾਰਵਾਈ ਹੋਣੀ ਚਾਹੀਦੀ ਹੈ? ਸਦਸਿਓ ਜੀ, ਬੜੀ ਵੱਡੀ ਗੱਲ ਹੈ, ਕੋਈ ਛੋਟੀ ਮੋਟੀ ਗੱਲ ਨਹੀਂ ਹੈ, ਅਤੇ ਅੰਡਰਸਟੂਡ ਹੈ ਕਿ ਰੇਲਵੇ ਦਾ ਜਿਹੜਾ ਆਪਣਾ ਇੱਕ ਸਿਸਟਮ ਹੁੰਦਾ ਹੈ, ਕਿਤੇ ਵੀ ਕੋਈ ਗਲਤੀ ਹੋਇਆ ਉਹਦੀ ਉਹ ਕੀਤੀ ਜਾਂਦੀ ਕਿ ਇਨ ਫਿਊਚਰ 'ਚ ਕੋਈ ਐਸੀ ਗਲਤੀ ਨਹੀਂ ਹੋਇਆ, ਕੋਈ ਦੋਸ਼ੀ ਤਾਂ ਨਹੀਂ ਹੈ ਵਿੱਚ, ਕੋਈ ਮਾਨਵੀ ਗਲਤੀ ਤਾਂ ਨਹੀਂ ਹੋਈ ਜਾਂ ਕੋਈ ਟੈਕਨੀਕੀ ਖਰਾਬੀ ਤਾਂ ਨਹੀਂ ਹੈ, ਮਤਲਬ ਸਾਰੀਆਂ ਚੀਜ਼ਾਂ ਉਸੇ ਇਨਕੁਆਇਰੀ ਦਾ ਮਤਲਬ ਇਹ ਹੁੰਦਾ ਕਿ ਉਹਦੇ 'ਚ ਚੀਜ਼ਾਂ ਕੱਢੀਆਂ ਜਾਣ ਵੀ ਕਿਸੇ ਦੀ ਕੋਈ ਅਗਰ ਗਲਤੀ ਹੋਇਆ, ਡੈਲੀਬਰੇਟਿਡ ਗਲਤੀ ਹੋਇਆ ਜਾਂ ਲਾਪਰਵਾਹੀ ਹੋਇਆ ਤਾਂ ਉਸੇ ਪੁਨਿਸ਼ ਕੀਤਾ ਜਾਂਦਾ ਹੈ, ਬਾਕੀ ਅਗਰ ਕੋਈ ਟੈਕਨੀਕੀ ਖਰਾਬੀ ਹੋ ਤਾਂ ਉਹਦੇ 'ਚ ਕੋਈ ਕਿਸੇ ਦਾ ਦੋਸ਼ ਨਹੀਂ ਹੁੰਦਾ, ਤਾਂ ਇਸ ਵਾਸਤੇ ਇਨਕੁਆਇਰੀ ਜ਼ਰੂਰੀ ਹੁੰਦੀ ਹੈ ਕਿਸੇ ਚੀਜ਼ ਦੀ, ਕਿਉਂਕਿ ਭਵਿੱਖ ਦੇ ਵਿੱਚ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਐਸੀ ਦੁਰਘਟਨਾ ਨਹੀਂ ਹੋਇਆ। ਦੇਖੋ, ਤੁਸੀਂ ਪੂਰੀ ਡਿਟੇਲ 'ਚ ਗੱਲ ਸੁਣਾਈ ਹੈ ਕਿ ਕੱਲ੍ਹ ਰੇਲਵੇ ਸਟੇਸ਼ਨ ਕੀ ਗੱਲ ਹੋਈ ਹੈ ਅਤੇ ਕਿੰਨੀਆਂ ਗੱਡੀ ਇੱਥੋਂ ਨਿਕਲੀ ਹੈ, ਔਰ ਇਲੈਕਟ੍ਰਿਕ ਇੰਜਨ ਹਾਂ ਕਨੈਕਟ ਲਾ ਨਹੀਂ, ਗੱਡੀ ਨੇ ਆਸਤਾ ਆਸਤਾ ਸਪੀਡ ਪਕੜ ਲਈ ਹੈ, ਸਪੀਡ ਪਕੜਨੇ ਕਾਰਨ ਉਸੀ ਜਲੰਧਰ ਕੋਲ ਉੱਚੀ ਬੱਸੀ ਕੋਲ ਅਸੀਂ ਟ੍ਰੇਨ ਹੀ ਰੋਕੀ ਲਿਆ ਗਿਆ, ਲੇਕਿਨ ਅੱਜ ਜਿਹੜੀ ਟੀਮ ਰੇਲਵੇ ਵਿਭਾਗ ਦੀ ਟੀਮ ਇੱਥੇ ਪੁੱਜੀ ਦੀ ਹੈ, ਉਹ ਇਨਕੁਆਇਰੀ ਕਰਾ ਦੀ ਹੈ, ਅਤੇ ਉਹਦਾ ਗਲਾਣਾ ਕਿ ਅਗਰ ਕੋਈ ਇਹਦੇ ਦੋਸ਼ੀ ਪਾਇਆ ਜਾਂਦਾ ਤਾਂ ਉਹਦੇ ਖਿਲਾਫ਼ ਕਾਰਵਾਈ ਵੀ ਕੀਤੀ ਜਾਗ, ਕੋਈ ਐਡੀ ਵੱਡੀ ਗਲਤ ਨਹੀਂ ਹੈ, ਪਰ ਲੇਕਿਨ ਫਿਰ ਵੀ ਆਫਟਰ ਆਲ ਇਹ ਪੂਰੇ ਮੀਡੀਆ 'ਚ, ਸੋਸ਼ਲ ਮੀਡੀਆ ਪਰ, ਹਰ ਚੈਨਲ ਪਰ ਇਹ ਖਬਰ ਇਸ ਲਈ ਵਾਇਰਲ ਹੋਇਆ ਕਿ ਕਠੂਆ, ਜੰਮੂ ਕਸ਼ਮੀਰ 'ਚ ਜ਼ਿਲ੍ਹਾ ਕਠੂਆ ਹੈ ਜਿੱਥੇ ਇਹ ਘਟਨਾ ਘਟੀ ਹੈ, ਅਤੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਤੁਹਾਨੂੰ ਸੁਣਾਉਣ ਮੁਜਬ ਰੇਲਵੇ ਸਟੇਸ਼ਨ ਕਠੂਆ ਪੁੱਜੇ ਅਸ, ਅਤੇ ਪੂਰੀ ਤੁਹਾਨੂੰ ਕਹਾਣੀ ਸੁਣਾਉਣ ਦੀ ਕੋਸ਼ਿਸ਼ ਕੀਤੀ ਕਿ ਕਿੰਨੀਆਂ ਕਿੰਨੀਆਂ ਕਿਹ ਗੱਲ ਹੋਈ ਹੈ, ਅਤੇ ਇਹ ਤੁਹਾਨੂੰ ਅਸੀਂ ਪੂਰੀ ਦੱਸੀ ਉੜੀ ਹੈ, ਬਾਕੀ ਕੋਈ ਕਿਹ ਬੋਲਦਾ ਅਸੀਂ ਨਹੀਂ ਆਖਦੇ, ਲੇਕਿਨ ਤੁਹਾਨੂੰ ਇਹ ਦੱਸਿਆ ਕਿ ਕੱਲ੍ਹ ਚੂਕ ਤਾਂ ਇੱਥੇ ਹੋਈ ਦੀ ਹੈ, ਔਰ ਡਿਪਾਰਟਮੈਂਟ ਇੱਥੇ ਆਈ ਹੈ, ਉਹ ਜਿਹੜੇ ਜਿਹਨੇ ਗਲਤੀ ਕੀਤੀ ਹੈ ਉਹਦੇ ਖਿਲਾਫ਼ ਵਿਭਾਗ ਆਖਦਾ ਅਸੀਂ ਕਾਰਵਾਈ ਵੀ ਕਰ ਗਏ, ਔਰ ਤੁਸੀਂ ਦੇਖਦੇ ਰਹੋ SB ਕਠੂਆ ਨਿਊਜ਼।